ਦਾ ਡਾਕਾ ਵਜਾ ਇੱਕ ਕਾਰ ਦੇ ਵਿੱਚ ਡਕੈਤ ਆਂਦੇ ਨੇ ਤਾਂ ਇਥੋਂ 1 ਕਰੋੜ ਰੁਪਏ ਦੀ ਨਕਦੀ ਤੇ 3 ਤੋਲੇ ਸੋਨਾ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਸਵੇਰੇ ਤੜਕਸਾਰ ਔਰ 4:30 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਕੋਰਟ ਰੋਡ ਦੇ ਉੱਤੇ ਇਹ ਵਾਰਦਾਤ ਹੋਈ ਹੈ ਇੱਕ ਕਾਰ ਦੇ ਵਿੱਚ ਦਾਖਲ ਹੁੰਦੇ ਨੇ ਡਕੈਤ ਜਿਹੜੇ ਕਿ ਸਵੇਰੇ 4:30 ਵਜੇ ਕਾਰ ਦੇ ਵਿੱਚ ਆਏ ਇੱਕ ਵਪਾਰੀ ਦਾ ਇੱਥੇ ਕਾਰ ਸੀਗਾ ਜਿੱਥੇ ਕਰੋੜਾ ਰੁਪਏ ਦੀ ਡਕੈਤੀ ਹੋਈ ਹੈ ਤਾਂ ਦੱਸ ਦਈਏ ਕਿ ਇੱਥੇ ਬਲੈਰੋ ਤੇ ਸਵਾਰ ਹੋ ਕੇ ਡਕੈਤ ਆਂਦੇ ਨੇ ਤਾਂ ਸਵੇਰੇ 4:30 ਵਜੇ ਇਸ ਘਰ ਦੇ ਵਿੱਚ ਵੜ ਜਾਂਦੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸੇ ਘਰ ਦੀਆਂ ਜਿੱਥੇ ਡਕੈਤਾਂ ਨੇ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਰੋੜਾ ਰੁਪਏ ਦੀ ਇੱਥੋਂ ਨਕਦੀ ਤੇ ਇੱਥੋਂ 3 ਤੋਲੇ ਸੋਨਾ ਲੈ ਗਏ ਨੇ ਇਹ ਵਪਾਰੀ ਦਾ ਇੱਕ ਘਰ ਹੈ ਇੱਥੇ ਵਾਰਦਾਤ ਕੀਤੀ ਗਈ ਹੈ ਔ ਸਵੇਰੇ ਤੜਕ ਚਾ ਤੜਕਸਾਰ 4:30 ਵਜੇ ਦੇ ਕਰੀਬ ਅੰਮ੍ਰਿਤਸਰ ਕੋਟ ਰੋਡ ਜਿੱਥੇ ਬਦਮਾਸ਼ ਦੱਸਿਆ ਜਾ ਰਿਹਾ ਕਿ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਈ ਸੀ ਤਾਂ ਅਦੇਸਾਰ ਇੱਥੇ ਪੋਸ਼ ਇਲਾਕੇ ਦੇ ਵਿੱਚ ਇਹਨਾਂ ਨੇ ਵਾਰਦਾਤ ਕੀਤੀ ਹੈ ਘਰ ਦੇ ਅੰਦਰ ਦਾਖਲ ਹੁੰਦੇ ਨੇ ਪੂਰੇ ਪਰਿਵਾਰ ਨੂੰ ਬੰਦਕ ਬਣਾ ਲੈਂਦੇ ਨੇ ਹੱਥ ਪੈਰ ਬੰਦ ਦਿੰਦੇ ਨੇ ਪੂਰੇ ਟੱਬਰ ਦੇ ਜਿਹੜਾ ਪਰਿਵਾਰ ਮੌਜੂਦ ਸੀਗਾ ਕਿਉਂਕਿ ਸਵੇਰੇ ਕਰੀਬ 4:30 ਵਜੇ ਦਾ ਸਮਾਂ ਹੱਲੇ ਤਾਂ ਪਰਿਵਾਰ ਸੁੱਤਾ ਵੀ ਉੱਠਾ ਨਹੀਂ ਸੀਗਾ ਤਾਂ ਇਹ ਡਕੈਤ ਅੰਦਰ ਘਰ ਦੇ ਦਾਖਲ ਹੋ ਗਏ ਪੂਰੇ ਟੱਬਰ ਨੂੰ ਇਹਨਾਂ ਨੇ ਪਿਸਤੌਲ ਦਿਖਾ ਕੇ ਪਹਿਲਾਂ ਤਾਂ ਬੰਦਕ ਬਣਾ ਲਿਆ ਫਿਰ ਘਰ ਦੀ ਕੱਲੀ-ਕੱਲੀ ਤਲਾਸ਼ੀ ਲਈ ਗਈ ਜਿੱਥੋਂ ਇੱਕ ਕਰੋੜਾ ਰੁਪਏ ਦੀ ਨਕਦੀ ਤੇ ਤਿੰਨ ਤੋਲੇ ਸੋਨਾ ਲੈ ਕੇ ਫਰਾਰ ਹੋ ਗਏ ਨੇ ਇਹੀ ਉਹ ਘਰ ਹੈ ਵਪਾਰੀ ਦਾ ਇਹ ਘਰ ਦੱਸਿਆ ਜਾ ਰਿਹਾ ਜਿੱਥੇ ਕਿ ਤੜਕਸਾਰ ਸਵੇਰੇ 4:30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਰੋਪੀ ਇੱਥੇ ਦਾਖਲ ਹੁੰਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਕਰੋੜਾ ਰੁਪਏ ਦੀ ਨਕਦੀ ਤੇ ਕਰੀਬ 3 ਕਿਲੋ ਸੋਨਾ ਤੇ ਇੱਕ ਮਹਿੰਗਾ ਵੈਪਨ ਇੱਥੋਂ ਚੋਰੀ ਕਰਕੇ ਲੈ ਗਏ ਨੇ ਤਾਂ ਘਰ ਦੇ ਵਿੱਚ ਸੋਨਾ ਪਿਆ ਹੋਇਆ ਸੀ ਕੈਸ਼ ਪਿਆ ਹੋਇਆ ਸੀਗਾ 1 ਕਰੋੜ ਰੁਪਏ ਦਾ ਤਾਏ ਪਰਿਵਾਰਕ ਮੈਂਬਰ ਨੇ ਜਿਹੜੇ ਦੇਖ ਸਕਦੇ ਹੋ ਇਹਨਾਂ ਨੂੰ ਬੰਦਕ ਬਣਾਇਆ ਗਿਆ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੇ ਘਰ ਦਾ ਸਮਾਨ ਖਲਾੜਿਆ ਹੋਇਆ ਹੈ ਦੇਖ ਸਕਦੇ ਹੋ ਦਕੈਤ ਜਿਹੜੇ ਕਿ ਬਲੈਰੋ ਗੱਡੀ ਦੇ ਉੱਤੇ ਸਵਾਰ ਹੋ ਕੇ ਆਏ ਤਾਂ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਰਾਤ ਕਰੀਬ 1.5 ਵਜੇ ਚਾਰ ਨਕਾਬਪੋਸ਼ ਆਂਦੇ ਨੇ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਤਾਂ ਇੱਕ ਘੰਟੇ ਦੇ ਵਿੱਚ ਉਹ ਪੂਰੇ ਘਰ ਦੀ ਸ਼ਾਨਬੀਨ ਕਰਦੇ ਨੇ ਘਰ ਦੀ ਤਲਾਸ਼ੀ ਲੈਂਦੇ ਨੇ ਤੇ ਜੋ ਵੀ ਘਰ ਦੇ ਵਿੱਚੋਂ ਮਿਲਦਾ ਹੈ ਸੋਨੇ ਦੇ ਗਹਿਣੇ ਹੋਣ ਜਾਂ ਫਿਰ ਉੱਥੇ ਕੈਸ਼ ਪਿਆ ਹੋਵੇ ਤਾਂ 1 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਕਿ ਘਰ ਦੇ ਅੰਦਰੋਂ ਕੈਸ਼ ਲੈ ਗਏ ਨੇ ਤੇ ਇੱਕ ਲਾਇਸੈਂਸੀ ਰਿਵੋਲਵਰ ਸਿਗਾ ਜਿਹੜਾ ਕਿ ਮਹਿੰਗਾ ਰਿਵੋਲਵਰ ਦੱਸਿਆ ਜਾ ਰਿਹਾ ਹੈ ਉਹ ਵਪਾਰੀ ਪਰਿਵਾਰ ਹੈ ਤਾਂ ਆਪਣੀ ਸੇਫਟੀ ਦੇ ਲਈ ਇਹਨਾਂ ਨੇ ਰੱਖਿਆ ਹੋਇਆ ਸੀ ਤਾਂ ਉਹ ਉਹ ਵੀ ਨਾਲ ਵੈਪਨ ਵੀ ਲੈ ਗਏ ਨੇ ਲੁਟੇਰੇ ਤਾਂ ਜੜੇ ਡਕੈਤ ਸੀਗੇ ਤਾਂ ਅਮਰੀਕ ਸਰ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਫਿਲਹਾਲ ਪੁਲਿਸ ਨੇ ਬਿਆਨ ਦਰਜ ਕਰ ਲਏ ਨੇ ਪਰਿਵਾਰਕ ਮੈਂਬਰਾਂ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਦੱਸਿਆ ਹੈ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੱਸਿਆ ਕਿ ਆਂਦੇ ਸਾਰੀ ਜਿਹੜੇ ਡਕੈਤ ਸੀਗੇ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਤਾਂ ਆਂਦੇ ਸਾਰੀ ਉਹਨਾਂ ਨੂੰ ਦਿਖਾ ਕੇ ਪਿਸਤੌਲ ਹਥਿਆਰ ਦਿਖਾ ਕੇ ਉਹਨਾਂ ਨੂੰ ਬੰਦਕ ਬਣਾ ਲਿਆ ਸਾਰੇ ਪਰਿਵਾਰ ਦੇ ਹੱਥ ਪੈਰ ਬੰਨ੍ਹ ਦਿੱਤੇ ਫਿਰ ਘਰ ਦੀ ਸ਼ਾਨਬੀਨ ਕਰਨ ਲੱਗੇ ਤਲਾਸ਼ੀ ਲੈਣ ਲੱਗੇ ਤਾਂ ਘਰ ਦੇ ਅੰਦਰੋਂ ਜੋ ਕੁਝ ਵੀ ਮਿਲਿਆ ਉਹ ਲੁੱਟ ਕੇ ਫਰਾਰ ਹੋ ਗਏ ਤਾਂ 1 ਕਰੋੜ ਰੁਪਏ ਦੀ ਨਕਦੀ ਤਕਰੀਬ 3 ਤੋਲੇ ਸੋਨਾ ਤੇ ਮਹਿੰਗਾ ਵੈਪਨ ਜੜਾ ਕੀ ਲੈਗੇ ਨੇ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਵੱਡਾ ਡਾਕਾ ਵਜਾਇਆ ਅਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਅਜੇ ਸੁੱਤਾ ਵੀ ਨਹੀਂ ਉੱਠਿਆ ਸੀਗਾ ਤਾਂ ਡਕੈਤ ਆਂਦੇ ਨੇ ਬਲੈਰੋ ਗੱਡੀ ਦੇ ਉੱਤੇ ਸਵਾਰ ਹੋ ਕੇ ਤਾਂ ਇੱਥੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਇਹ ਉਸੇ ਘਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵਪਾਰੀ ਦਾ ਇਹ ਘਰ ਹੈ ਅਮ੍ਰਿਤਸਰ ਕੋਰਟ ਰੋਡ ਦੇ ਉੱਤੇ ਪੂਰੀ ਵਾਰਦਾਤ ਹੋਈ ਹੈ ਪੋਸ਼ ਇਲਾਕਾ ਇੱਥੇ ਤਾਂ ਇੱਥੇ ਪੋਸ਼ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਵਾਰਦਾਤ ਹੋ ਜਾਵੇ ਤਾਂ ਸਵਾਲ ਉੱਠਣੇ ਵੀ ਲਾਜ਼ਮੀ ਨੇ ਪੰਜਾਬ ਪੂਰਬ ਦੇ ਉੱਤੇ ਵੀ ਸਵਾਲ ਖੜੇ ਹੋਏ ਨੇ ਖੜੇ ਹੋ ਗਏ ਨੇ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਹੁਣ ਕਦੋਂ ਇਹ ਡਕੈਤ ਪੁਲਿਸ ਦੇ ਹੱਥ ਆਉਂਦੇ ਨੇ ਇਹ ਦੇਖਣਾ ਹੋਵੇਗਾ ਪਰ ਇਹ ਤਸਵੀਰਾਂ